ਉਹਨਾਂ ਕੋਲੋਂ ਖਰਚਾ ਜਿੰਨੀ ਹੋਵੇ ਰੇਜ ਇਹ ਮੁਲਕ ਦੀ ਸੇਵਾ ਕਰਨ ਨਾਲ ਹੁੰਦਾ ਫੀਲ ਪ੍ਰਾਊਡ ਰਾਈਟਰ ਰਾਜਾ ਖੇਲਾ ਗੱਲਾ ਪੱਟੀ ਸਪੀਕਿੰਗ ਲਾਊਡ ਗੱਲਾ ਪੱਟੀ ਸਪੀਕਿੰਗ ਲਾਊਡ ਹਾਂਜੀ ਅਗਲੀ ਕਬੱਡੀ ਫਿਰ ਪਾ ਰਿਹਾ ਇਹ ਵਾਟਰ ਬ੍ਰੇਕ ਤੋਂ ਬਾਅਦ ਪਹਿਲੀ ਕਬੱਡੀ ਪਾ ਰਿਹਾ ਨੀਸ ਗੱਲਾ ਆ ਵੀ ਨੌਜਵਾਨਾਂ ਪਾ ਕਬੱਡੀ ਸਾਹਮਣੇ ਕਹਿੰਦੇ ਤੀਤਾ ਜੱਟ ਮੁੜਾ ਤੇ ਤਾਬ ਹੈ ਪੂਰਾ ਆ ਨੌਜਵਾਨ ਸੂਰੇ ਦਾ ਜਾਫੀ ਪਰ ਕਮੰਡਰ ਵੀ ਕਹਿੰਦੇ ਆਤੀ ਹੈ ਨਜ਼ਾਰਾ ਨਜ਼ਾਰਾ ਹੋ ਆ ਨੌਜਵਾਨਾਂ ਕਬੱਡੀ ਪਾ ਰਿਹਾ ਦੇਸ ਬਿੱਲਾ ਸਾਹਮਣੇ ਤੱਕ ਪਾਉਣ ਦੀ ਕੋਸ਼ਿਸ਼ ਤੇ ਟਾਈਮ ਇਜ਼ ਓਵਰ ਪੁਆਇੰਟ ਜਾਫੀ ਦੇ ਖਾਤੇ ਆ ਬਈ ਸ਼ੁਕਰ ਸਪਾ ਰਿਹਾ ਉਹਨਾਂ ਨੀਸ ਬਿੱਲਾ ਢਾਇਆ ਤੇ ਬਲਾਲ ਮੋਸਰ ਆ ਗਿਆ ਫਿਰ ਕਬੱਡੀ ਦੇ ਤੇ ਬਦਲਾ ਲੈਣਾ ਕੇ ਬਦਲਾ ਲੈ ਲਈ ਜੂਣ ਜੋ ਗਿਆ ਤੇ ਮਾਂ ਦਾ ਜਾਇਆ ਓ ਸਾਹਮਣੇ ਕਹਿੰਦੇ ਆ ਮੁੰਡਾ ਅਲੀ ਰਜ਼ਾ ਮੈਰ 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 ਖਾਲਦ ਮੈਰ ਦਾ ਛੋਟਾ ਵੀਰਾ ਪੁਆਇੰਟ ਜਾਫੀ ਦੇ ਖਾਤੇ ਵਾਹ ਨੌਜਵਾਨਾਂ ਐ ਅਲੀ ਰਜ਼ਾ ਮੈਰ ਲੱਖਾਂ ਨੇ ਪੁਆਇੰਟ ਦਾ ਕਰਕੇ ਵਾਧਾ ਖਾਲਦ ਮੈਰ ਵੇਲੇ ਸੋ ਛੋਟਾ ਵੀਰ ਵੀ ਕੋਈ ਦੁੱਖ ਦੁੱਖ ਕਰਵਾ ਰਿਹਾ ਹਾਂਜੀ ਪ੍ਰੋਟੈਸਟ ਜਿਹੜਾ ਕੀਤਾ ਜਾ ਰਿਹਾ ਖੱਲ ਹੈ ਬੱਦਲ ਸਾਡਾ ਵੀਰ ਲੈਂਡਮੈਨ ਉਹਨੇ ਪੁਆਇੰਟ ਜਿਹੜਾ ਹੈ ਉਹ ਜਾਫੀ ਦੇ ਖਾਤੇ ਜੋੜਿਆ ਰੈਫਰੀ ਜਾਣ ਕੇ ਗਲਤੀ ਨਹੀਂ ਕਰਦਾ ਗਲਤੀ ਹੋ ਜਾਵੇ ਉਹਨੂੰ ਵੀ ਪੋੜ ਦਿੰਦਾ ਥਾਂ ਧੋਏ ਦੇ ਜੇ ਕੋਈ ਮਾਰੇ ਲਫੜ ਚੰਗਾ ਰੈਫਰੀ ਉਹਨੂੰ ਵੀ ਘੂਰ ਦਿੰਦਾ ਕਿ ਕਈ ਵਾਰੀ ਸਮਾਂ ਇਹੋ ਜਿਹਾ ਬਣਦਾ ਤੇ ਪਵਾ ਬੋਤਲ ਤੋਂ ਵੱਧ ਸਰੂਰ ਦਿੰਦਾ ਹਾਂਜੀ ਪੁਆਇੰਟ ਜਿਹੜਾ ਉਹ ਜਾਫੀ ਦੇ ਖਾਤੇ ਹੀ ਹੈ ਪੁਆਇੰਟ ਜਾਫੀ ਦੇ ਖਾਤੇ ਹੈ ਤੇ ਅਗਲੀਆਂ ਟੀਮਾਂ ਜਿਹੜਾ ਗਰਾਊਂਡ ਦੇ ਵਿੱਚ ਆ ਜਾਣ ਵਧੀਆ ਨਜ਼ਾਰਾ ਸਿਰੇ ਦਾ ਮੈਚ ਅਗਲੀ ਕਬੱਡੀ ਪਾ ਰਿਹਾ ਫਿਰ ਇੱਕ ਵਾਰੀ ਨੌਜਵਾਨ ਮੀਆਂ ਮੈਰ ਮਹਿਰੀ ਚੱਲ ਵੀ ਮਹਿਰੀ ਨੌਜਵਾਨਾਂ ਪਾ ਕਬੱਡੀ ਕਬੱਡੀ ਪਾਉਣ ਵਾਸਤੇ ਵਧਿਆ ਸਾਹਮਣੇ ਚਾਰ ਤੋਂ ਕਿਹੜਾ ਨਿਕਲ ਕੇ ਲੱਗਦਾ ਆ ਮੁੰਡਾ ਤੇ ਪੁਆਇੰਟ ਹਾਂਜੀ 30 ਪੁਆਇੰਟ ਸ਼ਹੀਦ ਕਬੱਡੀ ਕਲੱਬ ਤੇ 25 ਪੁਆਇੰਟ ਜਿਹੜੇ ਆ ਆਲਮ ਕਬੱਡੀ ਕਲੱਬ ਹਾਂਜੀ 5-5 ਤੇ 6-5 ਇਹ ਪੰਜ ਨੰਬਰ ਦੀ ਜਿਹੜੀ ਬੰਦ ਹਾਸਲ ਹੈ ਸਾਹਮਣੇ ਸਿਆਨ ਜੱਟ ਲੱਗਾ ਸਿਆਨ ਜੱਟ ਆਹ ਦੂਏ ਪਾਸੇ ਮਾਨਾ ਜੱਟ ਆਏ ਹਾਏ ਤਾੜੀ ਮਾਰੋ ਮਾਨੇ ਵਾਸਤੇ ਮਰੀ ਮਾਨੇ ਜੱਟ ਦਾ ਆਹ ਸਟਾਈਲ ਜਿਹੜਾ ਹੈ ਦੁਨੀਆਂ ਦੇ ਵਿੱਚ ਮਸ਼ਹੂਰ ਹੈ ਕਿ ਪਤਾ ਨੀ ਮੈਂ ਬਾਹ ਨੂੰ ਬਲੇਡ ਲਾਏ ਆ ਏਦਾਂ ਹੀ ਕਰਦਾ ਤੇ ਜਾਫੀ ਉਹ ਪਰਲੇ ਪਾਸੇ ਹੋ ਜਾਂਦਾ ਵਾਹ ਨੌਜਵਾਨਾਂ ਪਾ ਕਬੱਡੀ ਅਗਲੀ ਨੀਸ ਬਿੱਲਾ ਸੋਹਣੀ ਗੱਜ ਗੱਜ ਛਾਤੀ ਹੈ ਨਿਕਲ ਕਿੰਨੀ ਹੈ ਆਓ ਪੁਆਇੰਟ ਬਾਬਰ ਸ਼ੇਖ ਜੀ ਕਹਿੰਦੇ ਆ ਕਿ ਪੁਆਇੰਟ ਜਿਹੜਾ ਉਹ ਰੇਟਰ ਦੇ ਖਾਤੀ ਅਗਲੀ ਰੇਡ ਕੌਣ ਪਾਏਗਾ ਕੌਣ ਹਮਲਾ ਬੋਲੂਗਾ ਆ ਨੌਜਵਾਨ ਕਹਿੰਦਾ ਮੇਰੇ ਉੱਤੇ ਵੀ ਪਿੰਡ ਨੂੰ ਪੂਰਾ ਮਾਣ ਹੈ ਮੈਂ ਪਾਉਣਾ ਕਬੱਡੀ ਸਾਹਮਣੇ ਵੀ ਸ਼ੋਕਤ ਸਪਾਲੇ ਤੇ ਵੱਡਾ ਮਾਣ ਹੈ ਆ ਨੌਜਵਾਨ ਕਹਿੰਦੇ ਅਲੀ ਰਜ਼ਾ ਮਹਿਰ ਫਿਜ਼ਾਨ ਜੱਟ ਤੇ ਆ ਸ਼ੋਕਤ ਸੱਪਾ ਵਾਲਾ ਕਿ ਟੋਪਦਾ ਆ ਜਾਫੀ ਬੋਲੇ ਨਾਮ ਸਕਦਾ ਵਾਹ ਵੱਡੇ ਨੌਜਵਾਨਾਂ ਸੋ ਪੁਆਇੰਟ ਦਾ ਵਾਧਾ ਦੀਵੇ ਦੀ ਲੋ ਵਰਗਾ ਮੁੰਡਾ ਲੱਖਾਂ ਦੇ ਪੁਆਇੰਟ ਦਾ ਕਰ ਗਿਆ ਵਾਧਾ ਅਗਲੀ ਕਬੱਡੀ ਪਾ ਰਿਹਾ ਫਿਰ ਇੱਕ ਵਾਰੀ ਆ ਛੋਟਾ ਇਰਫਾਨ ਇਹ ਵੀ ਮਾਨਾ ਕਹਿੰਦੇ ਆ ਨੌਜਵਾਨ ਨੂੰ ਇਹ ਵੀ ਕਹਿੰਦਾ ਮੈਂ ਭਾਈ ਮਾਨੇ ਜੱਟ ਦਾ ਫੈਨ ਆ ਪਰ ਅੱਜ ਉਹਦੇ ਹੀ ਸਾਹਮਣੇ ਕਬੱਡੀ ਪਾ ਰਿਹਾ ਮਾਨਾ ਜੱਟ ਵੀ ਨਜ਼ਾਰਾ ਲਏਗਾ ਜੀ ਕਬੱਡੀ ਦਾ ਦੂਏ ਪਾਸੇ ਕਹਿੰਦੇ ਨੀਤਾ ਜੱਟ ਹੈ ਕਿ ਟੋਪਦਾ ਆ ਜਾਫੀ ਬੋਲੇ ਨਾਮ ਜੱਟ ਦਾ ਚੰਗੇ ਚੰਗੇ ਰੇਟਰਾਂ ਨੂੰ ਖੂੰਜੇ ਲਾ ਕੇ ਰੱਖਦਾ ਗਰਾਊਂਡਾਂ ਨਾਲ ਇਹਦੀ ਖੁਣੀ ਯਾਰੀ ਏ ਆ ਨੀਤਾ ਜੱਟ ਦੇ ਕਬੱਡੀ ਦਾ ਬ੍ਰੈਂਡਡ ਖਿਲਾੜੀ ਹੈ ਕਬੱਡੀ ਦੇ ਬ੍ਰੈਂਡਡ ਪਲੇਅਰ ਆ ਮੁੰਡਾ ਜਿਹੜਾ ਹੰਦਿਆਂ ਦੇ ਵੱਲ ਵੱਧਦਾ ਪਿਆ ਇਹਦਾ ਤਾਰਫ ਕਰਾਉਣਾ ਵੀ ਸਾਡਾ ਵੀਰ ਭਾਈ ਵੀਰ ਜੱਟ ਕਹਿੰਦਾ ਹੁੰਦਾ ਕਿ ਸੂਰਜ ਨੂੰ ਸ਼ੀਸ਼ਾ ਵਹਾਉਣ ਵਾਲੀ ਗੱਲ ਹੈ ਪਾ ਰਿਹਾ ਕਬੱਡੀ ਨੌਜਵਾਨਾਂ ਪਾ ਕਬੱਡੀ ਰੇਟਰ ਦੇ ਲਈ ਭਾਰੀ ਜ਼ਰੂਰੀ ਤਾਂ ਜਾਫੀ ਦੇ ਹੱਥ ਪੱਕੇ ਜਾਫੀ ਵੀ ਉਹੀਓ ਮੰਨਿਆ ਜਾਂਦਾ ਜਿਹੜਾ ਉੱਡਦੀ ਰੇਡ ਨੂੰ ਟੱਕੀ ਇਰਫਾਨ ਮਾਨਾ ਜੱਟ ਹਾਂਜੀ ਅਗਲੀਆਂ ਟੀਮਾਂ ਜਿਹੜਾ ਗਰਾਊਂਡ ਦੇ ਵਿੱਚ ਆ ਜਾਓ ਸ਼ੇਰੇ ਪੰਜਾਬ ਕਬੱਡੀ ਕਲੱਬ ਸਜਾਦਾ ਬਾ ਮੁਕਾਬਲਾ ਰੰਧਾਵਾ ਕਬੱਡੀ ਕਲੱਬ ਮੁੱਲਾਪੁਰ ਦੋਨੋਂ ਟੀਮਾਂ ਖੇਡ ਮੈਦਾਨ ਵਿੱਚ ਦੋਵੇਂ ਪਾਸੇ ਮੀਆਂ ਮੈਰ ਮਹਿਰੀ ਕਮਾਲ ਕਰਦਾ ਹੋਇਆ ਤੇ ਗੱਲ ਕਰੀਏ ਜੇ ਇਰਫਾਨ ਮਾਨੇ ਜੱਟ ਦੀ ਜਿਹਨੇ ਭਰ ਸਰਦੀ ਦੇ ਵਿੱਚ
ਭਾਰਤ ਦੇ ਵਿੱਚ ਵਰਲਡ ਕੱਪ ਦਾ ਜਿਹੜਾ ਮੈਚ ਖੇਡਿਆ ਅੱਜ ਵੀ ਦਿਲਾਂ ਦੇ ਡਾਇਰੀਆਂ ਤੇ ਨੋਟ ਹੈ, ਦਿਲਾਂ ਦੀ ਡਾਇਰੀਆਂ ਦਰਸ਼ਕਾਂ ਨੋਟ ਕੀਤਾ। ਅਗਲੀ ਕਬੱਡੀ ਵੱਡੂ ਸਾਹਮਣੇ ਕਹਿੰਦੇ ਆ ਨਜ਼ਰ ਅੰਗਰੇਜ਼ਾ ਮੈਰ ਬੱਲੇ ਬੱਲੇ ਘੈਣ ਸੁਣੀ ਦਾ ਲਲਕਾਰਾ ਇਹ ਕਾਡਰ ਕਬਰੇ ਵਰਗੂ ਦਾ ਹੱਥ ਕਿਲੋ ਕਿਲੋ ਦਾ ਭਾਰਾ ਦੇਖੋ ਦੇਖੋ ਹਾਂਜੀ ਢੋਲ ਚ ਤਾਂ ਲੱਫੜ ਚ ਬੜਾ ਫਰਕ ਹੁੰਦਾ, ਢੋਲ ਢੋਲ ਹੁੰਦੀ ਹੈ ਲੱਫੜ ਲੱਫੜ ਹੁੰਦਾ। ਹਾਂਜੀ ਅਗਲੀਆਂ ਟੀਮਾਂ ਜਿਹੜਾ ਗਰਾਊਂਡ ਦੇ ਵਿੱਚ ਆ ਜਾਣ ਜੀ। ਹਾਂਜੀ ਨੰਬਰ ਜੀ 35 ਪੁਆਇੰਟ ਜਿਹੜੇ ਆ ਸ਼ਹੀਦ ਕਬੱਡੀ ਕਲੱਬ ਦੇ ਆ ਤੇ 27 ਪੁਆਇੰਟ ਜਿਹੜੇ ਆਲਮ ਕਬੱਡੀ ਕਲੱਬ ਦੇ ਆ। ਸੋ ਵੱਡੀ ਜਿਹੜੀ ਆ ਲੀਡ ਹੈ ਬੜਤ ਹਾਸਲ ਕੀਤੀ ਜਾ ਰਹੀ ਹੈ ਮੇਰੇ ਵੀਰੋ। ਅਗਲੀ ਕਬੱਡੀ ਪਾਉਣ ਦੇ ਵਾਸਤੇ ਹਾਂਜੀ ਨਾ ਜੀ ਨਾ ਰੋਕ ਦਿਓ ਫਜ਼ਲੇ ਹੱਕ ਸਾਹਿਬ, ਭਾਈ ਦਲਾਨੀ ਸਾਹਿਬ ਕਹਿ ਰਹੇ ਨੇ, ਉਹਨਾਂ ਨੇ ਕਹਿ ਰਹੇ। ਹਾਂਜੀ ਆਓ ਪੁਆਇੰਟ ਜਿਹੜਾ ਉਹ ਜਾਫੀ ਦੇ ਖਾਤੇ ਹੋ ਗਿਆ। ਅਰਸ਼ਾਦ ਸਹਿਗਲ ਜੀ ਸਾਨੂੰ ਤਾਂ ਜੋ ਕਾਲ ਆਉਣੀ ਹੈ ਅਸੀਂ ਤਾਂ ਉਹ ਹੀ ਬੋਲਣਾ। ਹਾਂਜੀ ਅਗਲੀ ਕਬੱਡੀ ਪਾ ਰਿਹਾ ਆ ਫਿਰ ਇੱਕ ਵਾਰੀ ਮੁੰਡਾ ਕਹਿੰਦੇ ਆ ਨੌਜਵਾਨ ਨੇ ਹਮਲਾ ਬੋਲਿਆ ਮੀਆਂ ਮੈਰ ਮਹਿਰੀ ਆ ਵੀ ਨੌਜਵਾਨਾਂ ਪਾ ਕਬੱਡੀ ਸਾਹਮਣੇ ਆਹ ਮੁੰਡਾ ਲੱਗਾ ਪਰ ਪੁਆਇੰਟ ਜਿਹੜਾ ਰੇਟਰ ਦੇ ਖਾਤੇ ਹੋਇਆ। ਹਾਂਜੀ ਅਗਲੀਆਂ ਟੀਮਾਂ ਜਿਹੜਾ ਗਰਾਊਂਡ ਦੇ ਵਿੱਚ ਆ ਜਾਓ, ਅਗਲੀਆਂ ਟੀਮਾਂ ਗਰਾਊਂਡ ਦੇ ਵਿੱਚ ਆ ਜਾਓ। ਮੈਚ ਅਗਲਾ ਬਿਲਕੁਲ ਇਹ ਤੁਹਾਡਾ ਵੇਟ ਕੀਤਾ ਜਾ ਰਿਹਾ ਤੁਹਾਡੇ ਕਰਕੇ ਆਹ ਮੈਚ ਜਿਹੜਾ ਖੇਡਿਆ ਜਾ ਰਿਹਾ। ਟੀਮਾਂ ਜਿਹੜਾ ਗਰਾਊਂਡ ਦੇ ਵਿੱਚ ਆ ਜਾਣ। ਅਗਲੀ ਕਬੱਡੀ ਪਾ ਰਿਹਾ ਆ ਨੌਜਵਾਨ ਅਫੀਅਲ ਨਾਮ ਹੈ, ਉਹ ਕੋਈ ਮੁੱਲ ਨਹੀਂ ਪੈਂਦਾ ਕਾਰਤੂਸ ਚੱਲੇ ਦਾ ਖੇਡਾਂ ਵਿੱਚ ਖੇਡ ਕਬੱਡੀ ਜਿੱਥੇ ਇਕੱਲੇ ਨੂੰ ਇਕੱਲੇ ਦਾ ਤੇ ਜਿੰਨੇ ਵੀ ਇਲੈਕਟ੍ਰੋਨਿਕ ਮੀਡੀਆ ਪ੍ਰਿੰਟ ਮੀਡੀਆ ਵਾਲੇ ਮਿੱਤਰ ਖੇਡ ਮੈਦਾਨ ਦੇ ਵਿੱਚ ਪੁੱਜੇ ਆ ਤੇ ਸਾਰਿਆਂ ਦਾ ਵੱਡਾ ਧੰਨਵਾਦ ਹੈ ਕਿ ਸੋਸ਼ਲ ਮੀਡੀਆ ਤੇ ਜਿਹੜੇ ਕਬੱਡੀ ਨੂੰ ਪ੍ਰਮੋਟ ਕਰਦੇ ਨੇ, ਵੱਡਾ ਧੰਨਵਾਦ। ਦੂਵੇਂ ਪਾਸੇ ਫਿਰ ਕਬੱਡੀ ਨੀਸ ਬਿੱਲਾ ਓ ਨੀਸ ਬਿੱਲਾ ਬਿੱਲਾ ਬਿੱਲਾ। ਹਾਂਜੀ ਤੇ ਗੱਲ ਕਰੀਏ ਕਿ ਤੁਹਾਡੇ ਕੰਨਾਂ ਤਾਈਂ ਆਵਾਜ਼ ਪਹੁੰਚ ਰਹੀ ਹੈ, ਰਜ਼ਾ ਡੀਜੇ ਸਾਊਂਡ ਸਿਸਟਮ ਵਾਲੇ ਵੀਰ ਬੜਾ ਵਧੀਆ ਮਾਹੌਲ ਬਣਾਉਂਦੇ ਆ। ਇਨਸਾਫ ਕਬੱਡੀ ਲੀਗ ਦੇ ਵਿੱਚ ਵੀ ਐਸੇ ਸਾਊਂਡ ਨੇ। ਸੋ ਮੇਰੇ ਵੀਰੋ ਕਮਾਲ ਕੀਤਾ ਅੱਜ ਫਿਰ। ਆਓ ਅਗਲੀ ਕਬੱਡੀ ਪਾ ਰਿਹਾ ਆ ਨੌਜਵਾਨ, ਕਹਿੰਦੇ ਅਲੀ ਰਜ਼ਾ ਮਹਿਰ ਨੇ ਮੋਹਰੇ ਹੋ ਕੇ ਡੱਕਣ ਦੀ ਕੀਤੀ ਹੈ ਕੋਸ਼ਿਸ਼। ਆ ਵੀ ਨੌਜਵਾਨਾਂ ਕਹਿੰਦਾ ਡੱਕ ਲੈਂਦਾ ਤੈਨੂੰ ਇਹ ਆਓ ਆ ਨੌਜਵਾਨਾਂ। ਸੋ ਕਮਾਲ 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 ਆਓ ਮੁੰਡਾ ਕਰ ਗਿਆ ਕਮਾਲ ਕੇ ਮੈਚ ਤੇ ਮਾਈਆ ਇੰਜ ਮਿਲ ਗਏ ਜਿਵੇਂ ਪਿੱਚ ਵੱਡਣਾ ਦੀ ਜੋੜੀ। ਪੁਆਇੰਟ ਜਿਹੜਾ ਜਾਫੀ ਦੇ ਖਾਤੇ ਹੋਇਆ। ਅਗਲੀ ਕਬੱਡੀ ਹਾਂਜੀ ਮੀਆਂ ਅਮੈਰ ਅਗਲੀ ਗੱਲਬਾਤ ਲਈ ਜੱਟ ਲਓ ਜੀ। ਅਸੀਂ ਗੱਲ ਕਰਨ ਤੋਂ ਪਹਿਲਾਂ ਆਪਣੇ ਵੀਰਾਂ ਨੂੰ ਸਕੋਰ ਦੱਸ ਦਈਏ ਕਿ ਸਕੋਰ ਵੀ ਇਸ ਵੇਲੇ ਮੈਦਾਨ ਵਿੱਚ ਇਸ ਮੈਚ ਦਾ ਚੱਲ ਰਿਹਾ। ਹਾਂਜੀ ਕਹਿੰਦੇ 37 ਪੁਆਇੰਟ ਇਸ ਵੇਲੇ ਸ਼ਾਹੀਨ ਕਬੱਡੀ ਕਲੱਬ ਦੇ ਵਾਲਾ ਔਰ ਨਾਲ ਨਾਲ ਜਨਾਬ 32 ਪੁਆਇੰਟ ਆ ਆਲਮ ਕਬੱਡੀ ਕਲੱਬ ਦੇ। ਅਗਲੀ ਕਬੱਡੀ ਕਹਿੰਦੇ ਅਫਸਲ ਨੌਜਵਾਨ ਖੇਡ ਮੈਦਾਨ ਦੇ ਵਿੱਚ ਪਾ ਰਿਹਾ ਬਿਲਕੁਲ ਛੋਟੀ ਉਮਰ ਆ ਔਰ ਵੇਖਦੇ ਹਾਂ ਰਾਣਾ ਸਹੀ ਸਾਹਿਬ ਦਾ ਇਸ਼ਾਰਾ ਇਹ ਪੁਆਇੰਟ ਜਿਹੜਾ ਇਸ ਵੇਲੇ ਕਬੱਡਰ ਦੇ ਖਾਤੇ ਜੁੜਿਆ ਪੁਆਇੰਟ ਅਫਸਲ ਦੇ ਖਾਤੇ ਜੁੜਦਾ ਹੋਇਆ। ਲਓ ਵੇਖਦੇ ਹਾਂ ਅਗਲੀ ਕਬੱਡੀ ਪਾਉਣ ਵਾਸਤੇ ਕਿਹੜਾ ਨੌਜਵਾਨ ਮੂਹਰੇ ਹੋ ਗਏ ਤੇ ਕਪਤਾਨ ਦਾ ਇਹ ਸਮੇਂ ਦੀ ਗੱਲ ਦੇ ਨਾਲ ਹੀ ਸਾਡੇ ਅਫੀਸ਼ਲਾਂ ਦਾ ਇਸ਼ਾਰਾ ਹੋ ਗਿਆ।